ਰੈਡੀ ਇਹ ਮੰਦਭਾਗਾ ਹੈ ਕਿ ਪੈਰਿਸ ਓਲੰਪਿਕ ਵਿੱਚ ਤਗਮੇ ਦੀ ਪੱਕੀ ਦਾਅਵੇਦਾਰ ਵਿਨੇਸ਼ ਫੋਗਾਟ ਫਾਈਨਲ ਮੁਕਾਬਲੇ ਲਈ ਅਯੋਗ ਕਰਾਰ ਦਿੱਤੀ ਗਈ ਡੰਡੀ ਉਸ ਤੋਂ ਸੋਨੇ ਦੇ ਤਗਮੇ ਦੀ ਉਮੀਦ ਕੀਤੀ ਜਾ ਰਹੀ ਸੀ ਕਿਉਂਕਿ ਇਸ ਤੋਂ ਪਹਿਲਾਂ ਦੇ ਸਾਰੇ ਮੁਕਾਬਲਿਆਂ ਵਿੱਚ ਉਸ ਨੇ ਬਹੁਤ ਚੰਗੀ ਕਾਰਗੁਜ਼ਾਰੀ ਦਿਖਾਈ ਸੀ ਅਤੇ ਕਈ ਨਾਮੀ ਪਹਿਲਵਾਨਾਂ ਨੂੰ ਹਰਾਇਆ ਸੀ ਪਰ ਅੰਤਿਮ ਮੁਕਾਬਲੇ ਤੋਂ ਕੁਝ ਘੰਟੇ ਪਹਿਲਾਂ ਉਸ ਦਾ ਵਜ਼ਨ 100 ਗ੍ਰਾਮ ਜ਼ਿਆਦਾ ਨਿਕਲਿਆ ਡੰਡੀ ਇਸ ਦੇ ਨਾਲ ਹੀ ਉਸ ਦਾ ਸੁਪਨਾ ਤਾਂ ਟੁੱਟਿਆ ਹੀ ਸਾਰੇ ਦੇਸ਼ ਵਾਸੀਆਂ ਦੀਆਂ ਉਮੀਦਾਂ ਉੱਤੇ ਵੀ ਪਾਣੀ ਫਿਰ ਗਿਆ ਡੰਡੀ ਇੱਥੇ ਕਿਉਂਕਿ ਇੱਕ ਤਰ੍ਹਾਂ ਨਾਲ ਹੱਥ ਆਇਆ ਮੈਡਲ ਖੁੱਸ ਗਿਆ ਇਸ ਲਈ ਅਫਸੋਸ ਜ਼ਿਆਦਾ ਹੈ ਡੰਡੀ ਇਹ ਹੋਣਾ ਵੀ ਚਾਹੀਦਾ ਹੈ ਪਰ ਇਸ ਘਟਨਾ ਚੱਕਰ ਤੋਂ ਸਬਕ ਵੀ ਸਿੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਕਿਸੇ ਨਾਲ ਅਜਿਹਾ ਨਾ ਹੋਵੇ ਡੰਡੀ ਇਸ ਓਲੰਪਿਕ ਵਿੱਚ ਵਿਨੇਸ਼ ਨੇ 53 ਕਿਲੋਗ੍ਰਾਮ ਦੇ ਆਪਣੇ ਸੁਭਾਵਿਕ ਵਰਗ ਨੂੰ ਛੱਡ ਕੇ 50 ਕਿਲੋਗ੍ਰਾਮ ਵਰਗ ਵਿੱਚ ਕੁਸ਼ਤੀ ਲੜਨਾ ਚੁਣਿਆ ਸੀ ਡੰਡੀ ਇਸ ਵਾਸਤੇ ਉਸਨੇ ਤਿਆਰੀ ਕੀਤੀ ਸੀ ਪਰ ਸ਼ਾਇਦ ਉਹ ਆਪਣੇ ਵਜ਼ਨ ਉੱਤੇ ਕਾਬੂ ਪਾਉਣ ਦਾ ਓਨਾ ਅਭਿਆਸ ਨਹੀਂ ਕਰ ਸਕੀ ਜਿੰਨਾ ਜ਼ਰੂਰੀ ਸੀ ਡੰਡੀ ਕੌਮਾਂਤਰੀ ਖੇਡ ਮੁਕਾਬਲਿਆਂ ਦੇ ਮਾਪਦੰਡਾਂ ਉੱਤੇ ਖਰਾ ਉਤਰਨ ਦੀ ਜ਼ਿੰਮੇਵਾਰੀ ਜਿੰਨੀ ਕਿਸੇ ਖਿਡਾਰੀ ਦੀ ਹੁੰਦੀ ਹੈ ਓਨੀ ਹੀ ਉਸ ਦੇ ਕੋਚ ਅਤੇ ਸਪੋਰਟ ਸਟਾਫ ਦੀ ਵੀ ਡੰਡੀ ਵਿਨੇਸ਼ ਦੇ ਮਾਮਲੇ ਵਿੱਚ ਕਿੱਥੇ ਕੀ ਉਕਾਈ ਹੋਈ ਇਸ ਦੀ ਜਵਾਬਦੇਹੀ ਉਸ ਦੇ ਕੋਚ ਅਤੇ ਸਪੋਰਟ ਸਟਾਫ ਰੈਡੀ ਦੀ ਹੈ ਡੰਡੀ ਉਹਨਾਂ ਨੇ ਆਪਣੀ ਸਫਾਈ ਵਿੱਚ ਕਾਫ਼ੀ ਕੁਝ ਕਿਹਾ ਅਤੇ ਇਹ ਸਪਸ਼ਟ ਕੀਤਾ ਹੈ ਕਿ ਵਿਨੇਸ਼ ਦੇ ਵਜ਼ਨ ਉੱਤੇ ਕਾਬੂ ਰੱਖਣ ਲਈ ਉਹ ਸਭ ਕੁਝ ਕੀਤਾ ਗਿਆ ਜੋ ਸੰਭਵ ਸੀ ਪਰ ਆਖਰ ਕਿਤੇ ਤਾਂ ਕੁਝ ਭੁੱਲ ਚੁੱਕ ਹੋਈ ਹੀ ਹੋਵੇਗੀ ਡੰਡੀ ਇਹ ਕਿੰਨਾ ਕਾਰਨਾ ਕਾਰਨ ਹੋਈ ਇਹ ਸਾਹਮਣੇ ਆਉਣਾ ਚਾਹੀਦਾ ਹੈ ਡੰਡੀ ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦੇਣ ਅਤੇ ਇਸ ਤਰ੍ਹਾਂ ਭਾਰਤ ਦੇ ਮੈਡਲ ਤੋਂ ਬਿਰਬੇ ਹੋਣ ਉੱਤੇ ਮੁਲਕ ਵਾਸੀਆਂ ਵੱਲੋਂ ਆਪਣੀ ਨਿਰਾਸ਼ਾ ਦਾ ਪ੍ਰਗਟਾਵਾ ਕੀਤੇ ਜਾਣ ਦੌਰਾਨ ਕੁਝ ਨੇਤਾਵਾਂ ਵੱਲੋਂ ਗੈਰ ਜ਼ਰੂਰੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਜੋ ਉਹਨਾਂ ਦੀ ਪਰਪੱਕਤਾ ਦੀ ਘਾਟ ਨੂੰ ਦਰਸਾਉਂਦੀ ਹੈ ਡੰਡੀ ਇਹ ਸਮਝ ਆਉਂਦਾ ਹੈ ਕਿ ਉਹਨਾਂ ਨੂੰ ਨਾ ਇਸ ਖੇਡ ਦੀ ਜਾਣਕਾਰੀ ਹੈ ਅਤੇ ਨਾ ਹੀ ਇਸ ਦੇ ਨਿਯਮਾਂ ਦੀ ਪਰ ਇਸ ਦਾ ਅਰਥ
ਇਹ ਨਹੀਂ ਕਿ ਜੋ ਕੁਝ ਮਨ ਵਿੱਚ ਆਵੇ ਉਹੀ ਬੋਲੀ ਜਾਓ ਡੰਡੀ। ਕੋਈ ਵਿਨੇਸ਼ ਨਾਲ ਸਾਜਿਸ਼ ਦੀ ਕਹਾਣੀ ਘੜ ਰਿਹਾ ਹੈ ਅਤੇ ਕੋਈ ਉਸ ਨੂੰ ਅਯੋਗ ਕਰਾਰ ਦੇਣ ਵਿੱਚ ਕਿਸੇ ਨੇਤਾ ਦਾ ਹੱਥ ਦੇਖ ਰਿਹਾ ਹੈ ਡੰਡੀ। ਇਹ ਸਭ ਇਸ ਲਈ ਹੋ ਰਿਹਾ ਹੈ ਕਿਉਂਕਿ ਫੋਗਾਟ ਨੇ ਭਾਰਤੀ ਕੁਸ਼ਤੀ ਮਹਾਂਸੰਘ ਦੇ ਸਾਬਕਾ ਮੁਖੀ ਬ੍ਰਿਜਭੂਸ਼ਣ ਸ਼ਰਨ ਵਿਰੁੱਧ ਧਰਨਾ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਸੀ ਡੰਡੀ। ਨਿਰਸੰਦੇਹ ਵਿਨੇਸ਼ ਦਾ ਮੁਕਾਬਲੇ ਤੋਂ ਬਾਹਰ ਹੋ ਜਾਣਾ ਅਤੇ ਉਸ ਨੂੰ ਕੋਈ ਤਗਮਾ ਨਾ ਮਿਲਣਾ ਬੇਹੱਦ ਹੈਰਾਨ ਅਤੇ ਪਰੇਸ਼ਾਨ ਕਰਨ ਵਾਲਾ ਵਰਤਾਰਾ ਹੈ, ਪਰ ਖੇਡਾਂ ਦੇ ਆਪਣੇ ਨਿਯਮ ਹੁੰਦੇ ਹਨ ਡੰਡੀ। ਉਹ ਸਾਡੇ ਜਾਂ ਕਿਸੇ ਹੋਰ ਦੇ ਹਿਸਾਬ ਨਾਲ ਨਹੀਂ ਬਣ ਸਕਦੇ ਡੰਡੀ।